ਕੈਨੇਡਾ ਰਹਿੰਦੇ ਮੁਸਲਮਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ। ਦੱਸੀਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੁਣ ਹਲਾਲ ਲੋਨ ਦਾ ਸਮਰਥਨ ਕੀਤਾ ਹੈ। ਕੈਨੇਡੀਅਨ ਸਰਕਾਰ ਨੇ ਸ਼ਰੀਆ ਕਾਨੂੰਨ ਤਹਿਤ ਹਲਾਲ ਤਹਿਤ ਮੁਸਲਮਾਨਾਂ ਨੂੰ ਹੋਮ ਲੋਨ ਦੇਣ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਵਿੱਚ ਹੁਣ ਮੁਸਲਮਾਨਾਂ ਦੇ ਲਈ ਘਰ ਬਣਾਉਣਾ ਆਸਾਨ ਹੋ ਗਿਆ ਹੈ। ਦੱਸੀਏ ਕਿ ਕੈਨੇਡਾ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਹਲਾਲ ਲੋਨ ਦੀ ਘੋਸ਼ਣਾ ਨੇ ਕੈਨੇਡੀਅਨਾਂ ਨੂੰ ਨਾਰਾਜ਼ ਵੀ ਕੀਤਾ। ਹਾਲਾਂਕਿ ਟਰੂਡੋ ਸਰਕਾਰ ਦਾ ਕਹਿਣਾ ਹੈ ਕਿ ਮੁਸਲਮਾਨਾਂ ਨੂੰ ਹੋਮ ਲੋਨ ਦੇਣ ਦੇ ਲਈ ਹਲਾਲ ਮੋਰਗੇਜ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੁਸਲਮਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਅਤੇ ਉਹ ਸ਼ਰੀਆ ਕਾਨੂੰਨ ਦੇ ਤਹਿਤ ਕਰਜ਼ਾ ਲੈ ਸਕਣਗੇ। ਪਿਛਲੇ ਹਫ਼ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੈਡਰਲ ਬਜਟ ਪੇਸ਼ ਕਰਦਿਆਂ ਦੇਸ਼ ਦੇ ਮੁਸਲਮਾਨਾਂ ਨੂੰ ਹਲਾਲ ਕਰਜ਼ਿਆਂ ਦੇ ਰੂਪ ਦੇ ਵਿੱਚ ਇੱਕ ਨਵਾਂ ਤੋਹਫ਼ਾ ਦਿੱਤਾ ਹੈ। ਉਹਨਾਂ ਐਲਾਨ ਕੀਤਾ ਹੈ ਕਿ ਮੁਸਲਮਾਨਾਂ ਨੂੰ ਹੋਮ ਲੋਨ ਦੀ ਸਹੂਲਤ ਲਈ ਹਲਾਲ ਗਿਰਵੀ ਰੱਖਿਆ ਜਾਵੇਗਾ। ਇਹ ਕਰਜ਼ਾ ਪੂਰੀ ਤਰ੍ਹਾਂ ਸ਼ਰੀਆ ਕਾਨੂੰਨ ਤਹਿਤ ਕੰਮ ਕਰੇਗਾ। ਦੂਜੇ ਪਾਸੇ ਟਰੂਡੋ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਲੋਕ ਜਿਹੜੇ ਨੇ ਉਹ ਨਾਰਾਜ਼ ਵੀ ਨਜ਼ਰ ਆ ਰਹੇ ਨੇ। ਦੋਸ਼ ਹੈ ਕਿ ਕੈਨੇਡਾ ਵਿੱਚ ਤੁਸ਼ਟੀਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਦਾ ਕਿਸੇ ਵਿਸ਼ੇਸ਼ ਧਰਮ ਵੱਲ ਝੁਕਾ ਨਹੀਂ ਹੈ। ਉੱਥੇ ਜਸਟਿਨ ਟਰੂਡੋ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ 16 ਅਪ੍ਰੈਲ ਨੂੰ 2024-25 ਦਾ ਬਜਟ ਜਾਰੀ ਕੀਤਾ ਸੀ ਜਿਸ ਦੇ ਵਿੱਚ ਮੁਸਲਮਾਨਾਂ ਲਈ ਆਪਣੇ ਸੁਪਨਿਆਂ ਦੇ ਘਰ ਖਰੀਦਣ ਲਈ ਹਲਾਲ ਕਰਜ਼ਿਆਂ ਦੀ ਘੋਸ਼ਣਾ ਕੀਤੀ ਗਈ ਸੀ। ਇਸ ਤਹਿਤ ਕਿਸੇ ਵੀ ਮੁਸਲਮਾਨ ਨੂੰ ਮਕਾਨ ਲਈ ਕਰਜ਼ਾ ਦਿੱਤਾ ਜਾ ਸਕਦਾ ਹੈ। ਇਸ ਸੰਬੰਧੀ ਸ਼ਰੀਆ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸ਼ਰੀਆ ਕਾਨੂੰਨ ਤਹਿਤ ਵਿਆਜ ਲੈਣਾ ਹਰਾਮ ਹੈ। ਇਸ ਲਈ ਕਰਜ਼ਾ ਲੈਣ ਵਾਲਾ ਕਰਜ਼ੇ ਦੀ ਅਦਾਇਗੀ ਕਰਦੇ ਸਮੇਂ ਕਿਰਾਏਦਾਰ ਵਜੋਂ ਉਸ ਘਰ ਦੇ ਵਿੱਚ ਰਹਿ ਸਕਦਾ ਅਤੇ ਕਰਜ਼ੇ ਦੀ ਰਕਮ ਬੈਂਕ ਨੂੰ ਕਿਰਾਏ ਵਜੋਂ ਅਦਾ ਕਰੇਗਾ। ਜਿਵੇਂ ਜਿਵੇਂ ਉਸਦੇ ਕਰਜ਼ੇ ਦੀ ਰਕਮ ਘਟਦੀ ਜਾਏਗੀ ਉਸੇ ਤਰ੍ਹਾਂ ਉਸ ਘਰ ਦੀ ਮਾਲਕੀ ਜਿਹੜੀ ਹੈ ਉਹ ਹਾਸਲ ਕਰ ਲਵੇਗਾ। ਉੱਥੇ ਹੀ ਹੁਣ ਮੁਸਲਮਾਨ ਭਾਈਚਾਰੇ ਦੇ ਲਈ ਵੱਡੀ ਖੁਸ਼ਖਬਰੀ ਹੈ। ਜੋ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਲਈ ਜਸਟਿਨ ਟਰੂਡੋ ਨੇ ਵੱਡਾ ਐਲਾਨ ਕੀਤਾ। ਹੁਣ ਕੈਨੇਡਾ ਦੇ ਵਿੱਚ ਮੁਸਲਮਾਨ ਭਾਈਚਾਰੇ ਨੂੰ ਘਰ ਬਣਾਉਣਾ ਆਸਾਨ ਹੋ ਗਿਆ। ਟਰੂਡੋ ਸਰਕਾਰ ਹਲਾਲ ਲੋਨ ਦੇਣ ਦਾ ਜਿਹੜਾ ਐਲਾਨ ਉਹ ਕੀਤਾ ਗਿਆ। ਕੈਨੇਡਾ ਰਹਿੰਦੇ ਮੁਸਲਮਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ। ਦੱਸੀਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੁਣ ਹਲਾਲ ਲੋਨ ਦਾ ਸਮਰਥਨ ਕੀਤਾ ਹੈ। ਕੈਨੇਡੀਅਨ ਸਰਕਾਰ ਨੇ ਸ਼ਰੀਆ ਕਾਨੂੰਨ ਤਹਿਤ ਹਲਾਲ ਤਹਿਤ ਮੁਸਲਮਾਨਾਂ ਨੂੰ ਹੋਮ ਲੋਨ ਦੇਣ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਵਿੱਚ ਹੁਣ ਮੁਸਲਮਾਨਾਂ ਦੇ ਲਈ ਘਰ ਬਣਾਉਣਾ ਆਸਾਨ ਹੋ ਗਿਆ ਹੈ। ਦੱਸੀਏ ਕਿ ਕੈਨੇਡਾ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਹਲਾਲ ਲੋਨ ਦੀ ਘੋਸ਼ਣਾ ਨੇ ਕੈਨੇਡੀਅਨਾਂ ਨੂੰ ਨਾਰਾਜ਼ ਵੀ ਕੀਤਾ। ਹਾਲਾਂਕਿ ਟਰੂਡੋ ਸਰਕਾਰ ਦਾ ਕਹਿਣਾ ਹੈ ਕਿ ਮੁਸਲਮਾਨਾਂ ਨੂੰ ਹੋਮ ਲੋਨ ਦੇਣ ਦੇ ਲਈ ਹਲਾਲ ਮੋਰਗੇਜ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੁਸਲਮਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਅਤੇ ਉਹ ਸ਼ਰੀਆ ਕਾਨੂੰਨ ਦੇ ਤਹਿਤ ਕਰਜ਼ਾ ਲੈ ਸਕਣਗੇ। ਪਿਛਲੇ ਹਫ਼ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੈਡਰਲ ਬਜਟ ਪੇਸ਼ ਕਰਦਿਆਂ ਦੇਸ਼ ਦੇ ਮੁਸਲਮਾਨਾਂ ਨੂੰ ਹਲਾਲ ਕਰਜ਼ਿਆਂ ਦੇ ਰੂਪ ਦੇ ਵਿੱਚ ਇੱਕ ਨਵਾਂ ਤੋਹਫ਼ਾ ਦਿੱਤਾ ਹੈ। ਉਹਨਾਂ ਐਲਾਨ ਕੀਤਾ ਹੈ ਕਿ ਮੁਸਲਮਾਨਾਂ ਨੂੰ ਹੋਮ ਲੋਨ ਦੀ ਸਹੂਲਤ ਲਈ ਹਲਾਲ ਗਿਰਵੀ ਰੱਖਿਆ ਜਾਵੇਗਾ। ਇਹ ਕਰਜ਼ਾ ਪੂਰੀ ਤਰ੍ਹਾਂ ਸ਼ਰੀਆ ਕਾਨੂੰਨ ਤਹਿਤ ਕੰਮ ਕਰੇਗਾ। ਦੂਜੇ ਪਾਸੇ ਟਰੂਡੋ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਲੋਕ ਜਿਹੜੇ ਨੇ ਉਹ ਨਾਰਾਜ਼ ਵੀ ਨਜ਼ਰ ਆ ਰਹੇ ਨੇ। ਦੋਸ਼ ਹੈ ਕਿ ਕੈਨੇਡਾ ਵਿੱਚ ਤੁਸ਼ਟੀਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਦਾ ਕਿਸੇ ਵਿਸ਼ੇਸ਼ ਧਰਮ ਵੱਲ ਝੁਕਾ ਨਹੀਂ ਹੈ। ਉੱਥੇ ਜਸਟਿਨ ਟਰੂਡੋ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ 16 ਅਪ੍ਰੈਲ ਨੂੰ 2024-25 ਦਾ ਬਜਟ ਜਾਰੀ ਕੀਤਾ ਸੀ ਜਿਸ ਦੇ ਵਿੱਚ ਮੁਸਲਮਾਨਾਂ ਲਈ ਆਪਣੇ ਸੁਪਨਿਆਂ ਦੇ ਘਰ ਖਰੀਦਣ ਲਈ ਹਲਾਲ ਕਰਜ਼ਿਆਂ ਦੀ ਘੋਸ਼ਣਾ ਕੀਤੀ ਗਈ ਸੀ। ਇਸ ਤਹਿਤ ਕਿਸੇ ਵੀ ਮੁਸਲਮਾਨ ਨੂੰ ਮਕਾਨ ਲਈ ਕਰਜ਼ਾ ਦਿੱਤਾ ਜਾ ਸਕਦਾ ਹੈ। ਇਸ ਸੰਬੰਧੀ ਸ਼ਰੀਆ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ
ਸ਼ਰੀਆ ਕਾਨੂੰਨ ਤਹਿਤ ਵਿਆਜ ਲੈਣਾ ਹਰਾਮ ਹੈ। ਇਸ ਲਈ ਕਰਜ਼ਾ ਲੈਣ ਵਾਲਾ ਕਰਜ਼ੇ ਦੀ ਅਦਾਇਗੀ ਕਰਦੇ ਸਮੇਂ ਕਿਰਾਏਦਾਰ ਵਜੋਂ ਉਸ ਘਰ ਦੇ ਵਿੱਚ ਰਹਿ ਸਕਦਾ ਹੈ ਅਤੇ ਕਰਜ਼ੇ ਦੀ ਰਕਮ ਬੈਂਕ ਨੂੰ ਕਿਰਾਏ ਵਜੋਂ ਅਦਾ ਕਰੇਗਾ। ਜਿਵੇਂ ਜਿਵੇਂ ਉਸਦੇ ਕਰਜ਼ੇ ਦੀ ਰਕਮ ਘਟਦੀ ਜਾਏਗੀ, ਉਸੇ ਤਰ੍ਹਾਂ ਉਸ ਘਰ ਦੀ ਮਾਲਕੀ ਜਿਹੜੀ ਹੈ ਉਹ ਹਾਸਲ ਕਰ ਲਵੇਗਾ। ਉੱਥੇ ਹੀ ਹੁਣ ਮੁਸਲਮਾਨ ਭਾਈਚਾਰੇ ਦੇ ਲਈ ਵੱਡੀ ਖੁਸ਼ਖਬਰੀ ਹੈ। ਜੋ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਲਈ ਜਸਟਿਨ ਟਰੂਡੋ ਨੇ ਵੱਡਾ ਐਲਾਨ ਕੀਤਾ। ਹੁਣ ਕੈਨੇਡਾ ਦੇ ਵਿੱਚ ਮੁਸਲਮਾਨ ਭਾਈਚਾਰੇ ਨੂੰ ਘਰ ਬਣਾਉਣਾ ਆਸਾਨ ਹੋ ਗਿਆ। ਟਰੂਡੋ ਸਰਕਾਰ ਹਲਾਲ ਲੋਨ ਦੇਣ ਦਾ ਜਿਹੜਾ ਐਲਾਨ ਉਹ ਕੀਤਾ ਗਿਆ।